ਨਮਸਤੇ, ਜੈ ਡੁੱਗਰ ਜੈ ਡੋਗਰਾ। ਅਤੇ ਮੈਂ ਕਿਰਨ ਵਰਮਾ ਜੀ, ਤੁਸੀਂ ਦਿਖਾ ਦਿਓ ਕਿ ਮਹਾਰਾਜਾ ਹਰੀ ਸਿੰਘ ਸਟੈਚੂ ਦੇ ਬਾਹਰ ਯੁਵਾ ਰਾਜਪੂਤ ਸਭਾ ਨੇ ਜ਼ੋਰਦਾਰ ਤਰੀਕੇ ਨਾਲ ਪ੍ਰਦਰਸ਼ਨ ਕਰਾ ਦੇਣ ਔਰ ਇਹ ਮੰਗ ਕਰਾ ਦੇਣ ਕਿ ਸਟੇਟ ਹੁੱਡ ਵਾਪਸ ਦਿੱਤਾ ਜਾਏ। ਔਰ ਦੂਜੀ ਗੱਲ ਇਹਨੇ ਆਖੀ ਕਿ ਜਿਹੜੀ LG ਸਾਹਿਬ ਕੀ ਪੂਰੀ ਪਾਵਰਾਂ ਦਿੱਤੀ ਗਈਆਂ ਹਨ, ਸਾਡੇ MLA ਦਾ ਕੋਈ ਵਜੂਦ ਨਹੀਂ ਰੱਖਿਆ, ਚੀਫ ਮਿਨਿਸਟਰ ਦਾ ਕੋਈ ਵਜੂਦ ਨਹੀਂ ਰੱਖਿਆ, ਉਹਦੇ ਵਾਸਤੇ ਅਸੀਂ ਲੜਾਈ ਲੜਾਂਗੇ, ਜੰਮੂ ਦੇ ਹੱਕ ਵਾਸਤੇ ਲੜਾਈ ਲੜਾਂਗੇ, ਜੰਮੂ ਕਸ਼ਮੀਰ ਦੇ ਪੂਰੇ ਖਿੱਤੇ ਵਾਸਤੇ ਲੜਾਈ ਲੜਾਂਗੇ। ਔਰ ਸਾਡਾ ਮਹਾਰਾਜਾ ਹਰੀ ਸਿੰਘ ਦਾ ਇਹ ਸਟੇਟ ਹੀ ਤੁਸੀਂ ਦੇਖਿਆ ਦਿਓ ਕਿ ਪ੍ਰਦਰਸ਼ਨ ਕਰਾ ਦੇ ਜ਼ੋਰਦਾਰ ਤਰੀਕੇ ਕੰਨੇ। ਜਿਵੇਂ ਤੁਸੀਂ ਦਿਖਾ ਦਿਓ ਕਿ ਯੁਵਾ ਰਾਜਪੂਤ ਸਭਾ ਨੇ ਸਟੇਟ ਹੁੱਡ JK 'ਚ ਵਾਪਸ ਦੀ ਮੰਗ ਕੀਤੀ ਦੀ ਹੈ। ਇੰਪਾਵਰ ਵੋਕਲ ਫਾਰ ਲੋਕਲ, ਵੀ ਵਾਂਟ ਅਵਰ ਰਾਈਟਸ, ਇਹ ਡਿਮਾਂਡ ਕਰਾ ਦੇਣ ਯੁਵਾ ਰਾਜਪੂਤ ਦੇ ਲੋਕ। ਜੰਮੂ ਕਸ਼ਮੀਰ ਯੁਵਾ ਰਾਜਪੂਤ ਸਭਾ ਨੇ ਜ਼ੋਰਦਾਰ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜੰਮੂ 'ਚ, ਜਿਵੇਂ ਹਾਲ ਹੀ 'ਚ LG ਸਾਹਿਬ ਕੀ ਸੁਪਰ ਪਾਵਰ ਬਣਾਇਆ ਗਿਆ ਉਹਦੇ ਵਿਰੋਧ 'ਚ ਇਹਨੇ ਪ੍ਰਦਰਸ਼ਨ ਕੀਤਾ। ਅਤੇ ਕੀ ਅੱਗੇ ਸਰ ਦੱਸ, ਅੱਜ ਸਾਡਾ ਜਿਹੜਾ ਵਿਸ਼ੇ ਆ, ਅੱਜ ਦਾ ਵਿਸ਼ਾ ਸਾਡਾ ਆਇਆ ਕਿ ਸਟੇਟ ਹੁੱਡ ਦੀ ਮੰਗ ਹੈ ਸਾਡੀ, ਕਿਉਂਕਿ ਪਿਛਲੇ 2019 ਵਿੱਚ ਜਿਲ੍ਹਾ UT ਲੱਗੀ ਸੀ ਤਾਂ ਇੱਕ ਆਸ਼ਵਾਸਨ ਦਿੱਤਾ ਗਿਆ ਕੇਂਦਰ ਸਰਕਾਰ ਦੀ ਤਰਫਾਂ ਕਿ ਬੜੀ ਜਲਦ ਇਹ ਜਿਹੜੀ ਤੁਹਾਡੀ ਸਟੇਟ ਹੈ ਵਾਪਸ ਦਿੱਤੀ ਜਾਵੇ। ਲੇਕਿਨ ਪਿਛਲੇ 5 ਸਾਲ ਦਾ ਲੋਲੀਪੋਪ ਦਿੱਤੇ ਗਏ ਨੇ ਔਰ ਸਾਡੀ ਸਟੇਟ ਅੱਜ ਉਹ ਹਾਲਾਤ ਹੋਈ ਹੈ ਨਾ ਕਿ ਸਾਰੀਆਂ ਪਾਵਰਾਂ LG ਸਾਹਿਬ ਵੀ ਸੌਂਪੀ ਗਈਆਂ ਨੇ ਔਰ ਜਿਹੜੇ ਸਾਡੇ ਰਾਜਨੀਤਿਕ ਲੋਕ ਨੇ ਉਹਦੇ 'ਚ ਵੀ ਕੋਈ ਨਹੀਂ ਬੋਲਿਆ, ਕੋਹਾ ਨੇ ਆਪਣਾ ਸਟੈਂਡ ਨਹੀਂ ਰੱਖਿਆ। ਮੈਂ ਉਹਨੇ ਸਾਰਿਆਂ ਹੀ ਇੱਕ ਅਪੀਲ ਕਰਾਂ ਕਿ ਤੁਸੀਂ ਵੀ ਬਾਹਰ ਨਿਕਲੋ ਔਰ ਪਾਰਟੀ ਕੋਲ ਉੱਪਰ ਉੱਠੀਏ ਆਪਣੇ ਸਮਾਜ ਦੀ ਗੱਲ ਕਰੋ, ਕਿਉਂਕਿ ਅੱਜ ਅਸੀਂ ਅਗਰ ਆਪਣੇ ਸਮਾਜ ਦੀ ਗੱਲ ਨਹੀਂ ਕਰੀਏ ਤਾਂ ਆਉਣ ਵਾਲਾ ਸਮੇਂ ਸਾਡਾ ਜਿਹੜਾ ਸਾਡੇ ਬੱਚੇ ਦਾ ਉਹ ਬੜਾ ਖਰਾਬ ਹੈ। ਅੱਜ ਜੰਮੂ ਕਸ਼ਮੀਰ ਕੀ ਨਸ਼ੇ ਦਾ ਆਖਿਆ ਜਾਂਦਾ ਸਾਡੇ ਲੋਕਾਂ ਕੀ, ਸਾਡਾ ਯੂਥ ਜਿਹੜਾ ਨਸ਼ੇ ਵਾਲੀ ਪੱਖੀ ਦੌੜਾ ਦਾ, ਉਹ ਕਾਰਨ ਇਹ ਹੈ ਕਿ ਪਿਛਲੇ 5-7 ਸਾਲਾਂ ਦਾ ਉਹ ਹੈਗੀ ਨੌਕਰੀ ਨਹੀਂ ਮਿਲਦੀ ਹੈ ਬੱਚੇ ਕੀ, ਅਗਰ ਨੌਕਰੀਆਂ ਕੋਲ ਟੈਸਟ ਵੀ ਹੁੰਦੇ ਨੇ ਤਾਂ ਬਾਅਦ 'ਚ ਉਹ ਲੀਕ ਪੇਪਰ ਲੀਕ ਹੋ ਜਾਂਦੇ ਨੇ ਔਰ ਕਰਪਸ਼ਨ ਦੇ ਇੰਨੇ ਮੁੱਦੇ ਆਏ ਨੇ। ਲੇਕਿਨ ਸਾਡੇ ਜੰਮੂ ਕਸ਼ਮੀਰ ਦਾ ਜਿਹੜਾ ਯੂਥ ਹੈ ਅੱਜ ਮੈਂ ਆਖਾਂ ਇਸ ਕਦਾਰ ਪਰ ਆਈਏ, ਕਈਆਂ ਬੱਚੇ ਦੀ ਤਾਂ ਉਮਰਾਂ ਵੀ ਹੋਈਆਂ ਨੇ ਤਾਂ ਉਹ ਬੱਚੇ ਅੱਜ ਮਜਬੂਰ ਹੋਈ ਗਏ ਨੇ ਗਲਤ ਰਾਹ ਪਰ ਜਾਣੇ ਪਏ। ਯੁਵਾ ਰਾਜਪੂਤ ਸਭਾ ਸੜਕੇ ਉੱਪਰ ਇਸ ਵੇਲੇ ਅਤੇ ਮਿਲੀਟੈਂਸੀ ਦੀ ਵੀ ਬੜਾ ਜ਼ੋਰ ਪਕੜਿਆ ਇਸ ਵੇਲੇ ਜੰਮੂ ਰੀਜਨ ਵਿੱਚ, ਉਹ ਕਿਵੇਂ ਠੀਕ ਹੋਊਗਾ? ਦੇਖੋ ਉਹ ਆਖਾਂ ਦਾ ਜਿਹੜੇ ਲੋਕਲ ਅਫਸਰਾਂ ਨੇ ਜਿਹਨੇ ਇਸ ਜੰਮੂ ਕੀ ਸੰਭਾਲੀਆ ਰੱਖੇ ਦਾ ਹਾ ਪਕੜ ਬਣਾਈਆ ਰੱਖੀ ਦੀ, ਉਹਨੇ ਲੋਕਾਂ ਦੀ ਅਫਸਰਾਂ ਕੀ ਵਾਪਸ ਆਣਨਾ ਚਾਹੀਦਾ, ਉਹਦੀ ਪਕੜ ਪ੍ਰਤੀ ਬਣਾਉਣੀ ਚਾਹੀਦੀ ਜਿਹੜੇ ਜੰਮੂ ਦੇ ਹਾਲਾਤਾਂ ਕੀ ਸਮਝਦੇ ਨੇ। ਅੱਜ ਉਹ ਟਾਈਮ ਆਈਦਾ ਸਾਡੀ ਜੰਮੂ ਦੀ ਡੋਗਰੇ ਦੀ ਡੋਗਰੀ ਸੁਣਨ ਵਾਲਾ ਕੋਈ ਨਹੀਂ ਹੈ, ਇਹਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਹੈ। ਅੱਜ ਜਿਹੜੇ ਵੀ ਦਫ਼ਤਰ 'ਚ ਜਾਓ ਤੁਸੀਂ ਉੱਥੇ ਡੋਗਰੀ ਵਾਲਿਆਂ ਨਾਲ ਤੁਸੀਂ ਕੋਈ ਨਹੀਂ ਲੱਭਣਾ, ਸਾਰੇ ਬਾਹਰੀ ਖੇਤਰ ਦੇ ਲੋਕ ਲੱਭਣੇ ਤੁਸੀਂ। ਤਾਂ ਆਉਣ ਵਾਲਾ ਸਮੇਂ ਜਿਹੜਾ ਸਾਡੇ ਜੰਮੂ ਦੇ ਲੋਕਾਂ ਵਾਸਤੇ ਇਹ ਬੜਾ ਖਰਾਬ ਹੋਣਾ ਔਰ ਜਿਹੜੇ ਜੰਮੂ ਦੇ ਲੋਕ ਨੇ ਅਗਰ ਅੱਜ ਵੀ ਅਸੀਂ ਬਾਹਰ ਨਹੀਂ ਨਿਕਲੇ, ਅਸੀਂ ਅਪੀਲ ਕਰਨੇ ਹਾਂ ਗਈਆਂ ਇਹ ਪਹਿਲੀ ਲੜਾਈਆਂ ਲੜੀਆਂ ਨੇ ਮਹਾਰਾਜਾ ਹਰੀ ਸਿੰਘ ਦੀ ਛੁੱਟੀ ਜਾਂ ਟੋਲ ਦੀ, ਅਸੀਂ ਸਾਰੇ ਡੋਗਰਾ ਸਮਾਜ ਕੀ ਕੰਨੇ ਲਈਏ ਚਲੇ, ਅੱਜ ਵੀ ਅਸੀਂ ਅਪੀਲ ਕਰਨੇ ਹਾਂ ਸਾਰੇ ਡੋਗਰਾ ਸਮਾਜ ਕੀ
ਕਿ ਸਾਰੇ ਲੋਕ ਬਾਹਰ ਨਿਕਲਣ, ਜਿਹੜੀ ਸਾਡੀ ਲੜਾਈ ਹੈ ਸਟੇਟਹੁੱਡ ਦੀ ਇਹਦੇ ਵਾਸਤੇ ਸਾਰੇ ਲੋਕ ਬਾਹਰ ਨਿਕਲਣ, ਔਰ ਸਾਡੀ ਜਿਹੜੀ ਹੱਕ ਹਕੂਕ ਦੀ ਲੜਾਈ ਹੈ ਸਾਰੇ ਨਿਕਲਣ। ਜਿੰਨੀਆਂ ਵੀ ਸਿਵਲ ਸੁਸਾਇਟੀਆਂ ਸਾਰੇ ਕੀ ਇੱਕ ਹੱਥ ਜੋੜੀਆਂ ਬੇਨਤੀ ਕਰਦੇ ਹਾਂ, ਚਾਹੇ ਉਹ ਬਾਹਰ ਹੋਵੇ ਚਾਹੇ ਚੈਂਬਰ ਹੋਵੇ, ਸਾਰੇ ਕੀ ਅਪੀਲ ਕਰਦੇ ਹਾਂ ਕਿ ਇਸ ਮੁੱਦੇ ਪਰ ਜਿਹੜਾ ਸਾਡਾ ਸਹਿਯੋਗ ਕਰਨ, ਅੱਜ ਸਾਰੇ ਕੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਸਾਰੇ ਕੀ ਮਿਲੀ ਹੈ ਇਹ ਮੀਟਿੰਗਾਂ ਕਰ ਗਈਆਂ, ਉਹਦੇ ਕਰਨਾ ਆਉਣ ਵਾਲੇ ਟਾਈਮ 'ਤੇ ਜਾ ਕੇ ਅਸੀਂ ਕੋਈ ਪ੍ਰਦਰਸ਼ਨ ਵੀ ਕਰਨਾ ਪਏ, ਇਹ ਰੋਡ ਵੀ ਬੰਦ ਕਰਨਾ ਪਏ, ਤਾਂ ਮਜਬੂਰ ਹੋ ਗਏ ਇੱਥੇ ਰੋਡ ਬੰਦ ਕਰਨ। ਸਾਡੀ ਮੰਗ ਸਰ ਇਹ ਦੱਸੋ ਕਿ ਕਾਰਨ ਕੀ ਹੈ ਕਿ ਜਾਂ MLA ਦੀ ਪਾਵਰ 'ਚ ਨਹੀਂ ਹੈ, ਚੀਫ ਮਿਨਿਸਟਰ ਦੀ ਪਾਵਰ ਨਹੀਂ ਹੈ, ਅਤੇ ਜੰਮੂ ਕਸ਼ਮੀਰ ਕੀ ਨੇ ਕਈਆਂ ਯੂਨੀਅਨ ਟੈਰੀਟਰੀ ਬਣਾਈ ਰੱਖੇ ਦਾ, ਕਿ ਕਿਵੇਂ ਠੀਕ ਹੋਣਗੇ ਮਸਲੇ? ਦੇਖੋ ਮੈਂ ਤੁਸੀਂ ਉਹ ਆਖਾਂ ਜਿੰਨੇ ਚਿਰ ਸਾਡੇ ਡੋਗਰਾਂ ਦੀ ਪਾਵਰ ਅਲੱਗ ਲੱਭਣੀ ਹੈ, ਜਦੋਂ ਸਾਡਾ ਡੋਗਰਾ ਸਾਡਾ ਸਾਡੀ ਸਟੇਟ ਵਾਪਸ ਹੋਊ ਤਾਂ ਉਹਦੀ ਲੜਾਈ ਅਸੀਂ ਲੜਨ ਲੱਗੇ ਪਏ ਹਾਂ। ਆਉਣ ਵਾਲੇ ਟਾਈਮ 'ਤੇ ਯੁਵਾ ਰਾਜਪੂਤ ਸਭਾ ਇਹ ਲੜਾਈ ਤੁਸੀਂ ਜਿੱਤੀ ਦੱਸ ਸਕੋ, ਔਰ ਆਪਣੇ ਡੋਗਰੇ ਤੱਕ ਲਈ ਦੱਸ। ਜਿਵੇਂ ਤੁਸੀਂ ਸੁਣਿਆ ਕਿ ਇਸ ਵੇਲੇ ਪ੍ਰਧਾਨ ਹੈ ਯੁਵਾ ਰਾਜਪੂਤ ਸਭਾ ਦੇ, ਇਹਨੇ ਬੜੀ ਚੰਗੀ ਗੱਲਾਂ ਬੋਲੀਆਂ ਨੇ, ਬੋਲਿਆ ਕਿ ਅਸ ਅੱਗੇ ਵੀ ਲੜਾਈਆਂ ਲੜੀਆਂ, ਹੁਣ ਵੀ ਅੱਗੇ ਵੀ ਲੜਾਈ ਲੜ ਗਏ, ਸਟੇਟਹੁੱਡ ਵਾਪਸ ਲੱਗ ਗਏ, ਔਰ ਆਪਣੇ ਜੰਮੂ ਕਸ਼ਮੀਰ ਦੇ ਹੱਕ ਵਾਸਤੇ ਲੜਾਂਗੇ। ਤੁਸੀਂ ਦੇਖਿਆ ਕਿ ਇਹਨੇ ਜ਼ੋਰਦਾਰ ਤਰੀਕੇ ਕਨੇ ਅੱਜ ਪ੍ਰਦਰਸ਼ਨ ਕੀਤਾ, ਮਹਾਰਾਜਾ ਹਰੀ ਸਿੰਘ ਦੇ ਸਟੈਚੂ ਦੇ ਕੋਲ ਖੜੋਈਏ, ਅਸ ਗੱਲ ਕਰਨ ਦੀ ਕੋਸ਼ਿਸ਼ ਕਰਕੇ ਰਾਜਨ ਸਿੰਘ ਐਪੀ ਹੋਰ ਵੀ ਹਨ ਇੱਥੇ, ਉਹਦੇ ਕੋਲੋਂ ਵੀ ਅਸ ਪੁੱਛ ਕੇ ਕੀ ਉਹ ਕੀ ਆਖਾਂ ਦੇਣ ਸਾਡੇ ਚੈਨਲ ਦੇ ਮਾਧਿਅਮ ਕਨੇ। ਡਿਮਾਂਡ ਹੈ ਸਰ ਤੁਹਾਡੀ, ਕੀ ਆਖੋਗੇ? ਭਾਈ ਜੀ ਡਿਮਾਂਡ ਇੱਕ ਹੈ, ਅਸੀਂ ਕੀ ਮਹਾਰਾਜਾ ਹਰੀ ਸਿੰਘ ਦੀ ਦਿੱਤੀ ਦੀ ਸਟੇਟ ਪੂਰੀ ਦੀ ਪੂਰੀ ਵਾਪਸ ਚਾਹੀਦੀ ਹੈ, ਜੰਮੂ ਦੀ ਪਾਵਰ ਵਾਪਸ ਚਾਹੀਦੀ ਹੈ, ਲੋਕਲ ਵਰਸਿਸ ਵੋਕਲ ਨਰਿੰਦਰ ਮੋਦੀ ਦਾ ਨਾਰਾ ਜਿਹੜਾ ਉਹ ਅਸੀਂ ਜੰਮੂ ਦੇ ਵਿੱਚ ਕੋਈ ਨਾ ਕੋਈ ਲੱਭਾ ਦਿੰਦੀ ਹੈ, ਅਸੀਂ ਜੰਮੂ ਦੇ ਲੋਕਲ ਲੀਡਰ ਦੀ ਪਾਵਰ ਚਾਹੀਦੀ ਹੈ, ਜੰਮੂ ਦਾ ਅਸੀਂ ਇੱਕ ਐਡਵਾਈਜ਼ਰ ਚਾਹੀਦਾ ਜਿਹੜਾ ਡੋਗਰੀ ਵਿੱਚ ਗੱਲ ਸੁਣੇ, ਸਾਡੀ ਲੋਕਾਂ ਦੀ ਗੱਲ ਸੁਣੀਆਂ, ਅੱਗੇ ਗੱਲ ਪਹੁੰਚਾ। ਕਿਆ ਲੋਕ ਮਸਲਾ ਇੰਨਾ ਗੱਲ ਹੋਣਾ, ਮੈਂ ਸਾਰੇ ਦਿਖਣਾ ਲੋਕਾਂ ਆਖਣਾ ਚਾਹੁੰਦਾ ਕਿ ਸਾਰੇ ਮੇਰੇ ਭਰਾ ਇਕੱਠੇ ਹੋਈ ਹੈ ਇਹਦੇ ਵਾਸਤੇ, ਆਵਾਜ਼ ਚਲੋ ਬੂੰਦ ਬੂੰਦ ਕੰਨਿਆ ਗਿਆ ਜਿਹੜਾ ਸਾਗਰ ਭਰੁੰਦਾ ਹੈ, ਅੱਜ ਅਸੀਂ ਨਿੱਕੀ ਨਿੱਕ ਚਿੰਗਾਰੀ ਲਾਈ ਹੈ, ਬੜੀ ਜਲਦੀ ਹੈ ਤੁਸੀਂ ਕੀ ਘਰ ਘਰ ਜਾਈਏ ਇਹਦੀ ਆਵਾਜ਼ ਚੁੱਕਦੇ, ਯੁਵਾ ਰਾਜਪੂਤ ਸਭਾ ਦੇ ਸਫਾਈ ਤੁਸੀਂ ਲੱਭਣ। ਨਹੀਂ ਬਸਤੀ ਜਿਹੜੀ 39 ਦੁਕਾਨਾਂ ਸੀ ਉਹਨੇ ਪੂਰਾ ਆਸ਼ਵਾਸਨ ਦਿੱਤਾ ਗਿਆ ਕਿ ਤੁਹਾਨੂੰ ਰੀਹੈਬਲੀਟੇਟ ਕਰਕੇ ਅਸੀਂ ਉੱਥੇ ਗਏ ਹਾਂ, ਅਸਾਂ ਜਿੰਨੀ ਕੋਸ਼ਿਸ਼ ਹੁੰਦੀ ਨਹੀਂ ਕੀਤੀ, ਲੇਕਿਨ ਉਹਨਾਂ ਲੋਕਾਂ ਲਾਸਟ ਵੇਲੇ ਨਾਰੇ ਮਾਰੇ ਜਿੰਦੇ ਹੁਣ ਗੱਲ ਹੁੰਦੀ ਹੱਥਾਂ 'ਚ, ਲੇਕਿਨ ਅਸੀਂ ਫਿਰ ਵੀ ਉਹਦੇ ਕੰਨਾਂ ਖੜੋਤੇ ਦੇ ਹਾਂ, ਉਹਨੇ ਕੀ ਦੁਕਾਨਾਂ ਦੇ ਬਦਲੇ ਦੁਕਾਨਾਂ ਮਿਲਣੀ ਚਾਹੀਦੀਆਂ, ਤਾਂ ਅਸੀਂ ਆਖਦੇ ਹਾਂ ਕਿ ਜੰਮੂ ਦੇ ਲੋਕਾਂ ਦੀ ਗੱਲ ਸੁਣਨ ਵਾਲਾ ਕੋਈ ਨਾ ਕੋਈ ਬੰਦਾ ਚਾਹੀਦਾ, ਲੇਕਿਨ ਮੈਂ ਹੁਣ ਇਹ ਸੁਣਾਵਾਂ ਇਹ ਲੋਕ ਗਲਾ ਕੰਨਾ ਮਲਾਈਆ ਅਤੇ ਛੁਰੀ ਕੰਨਾ ਵੜਦੇ ਨੇ, ਇਹਦੇ ਕੋਲੋਂ ਥੋੜ੍ਹਾ ਬਚਾ ਰੱਖਿਓ ਜੀ। ਜੇ ਤਾਂ ਸੁਣਿਆ ਕਿ ਰਾਜਨ ਸਿੰਘ ਐਪੀ ਔਰ ਯੁਵਾ ਰਾਜਪੂਤ ਦੇ ਇੱਕ ਕਰਮਠ ਨੇਤਾ ਨੇ, ਔਰ ਇਹ ਆਖਿਆ ਕਿ ਅਸ ਨਿਕਲੀ ਚੁੱਕੇ ਨੇ ਹੁਣ ਸੜਕੇ ਉੱਪਰ, ਅਸੀਂ ਪੂਰੀ ਆਵਾਜ਼ ਚੁੱਕੇ ਜੰਮੂ ਦੇ ਹੱਕ ਵਾਸਤੇ, ਜੰਮੂ ਕਸ਼ਮੀਰ ਦੀ ਸਟੇਟਹੁੱਡ ਵਾਪਸ ਚਾਹੀਦੀ ਸਾਨੂੰ, ਔਰ ਜਿਹੜੀ ਪਾਵਰਾਂ ਦਿੱਤੀ ਗਈਆਂ ਨੇ ਗੱਲ ਜੀ ਸਾਹਿਬ ਕੀ, ਉਹ ਵੀ ਸਾਡੇ ਜਿਹੜੇ ਨੁਮਾਇੰਦੇ ਨੇ ਉਹਨੇ ਕੀ ਚਾਹੀਦੀ ਪੂਰੀ ਪਾਵਰ ਮਿਲਣੀ ਚਾਹੀਦੀ ਉਹਨੇ, ਅਸ ਉਹਦੇ ਵਾਸਤੇ ਲੜਾਂਗੇ, ਔਰ ਸੜਕੇ ਅਸੀਂ ਨਿਕਲੀ ਚੁੱਕੇ ਨੇ ਹਾਂ, ਅਤੇ ਦੇਖਦੇ ਰਹੋ ਜਗ ਜੰਮੂ ਨਿਊਜ਼ ਜਾਂ ਡੁੱਗਰ ਜਾਂ ਡੋਗਰਾ। ਬੜੀ ਨਜਾਇਜ਼ ਸਾਡੇ ਲੋਕਾਂ ਕਹਿੰਦੇ ਤਾਲੁਕਾਤ ਹੋਏ ਕਰਦੇ ਨੇ, ਬੜਾ ਜਦੋਂ ਜਾਇਜ਼ ਸਾਡੇ ਲੋਕ ਕਰੇ ਕਰਦੇ ਨੇ, ਅੱਜ ਬੱਚੇ ਸਾਡੇ ਖੱਜਲ ਹੋਏ ਕਰਦੇ ਨੇ, ਮਾਂ ਬਾਪ ਲਾਚਾਰ ਨੇ ਕਿਉਂਕਿ ਬੱਚੇ ਪੜ੍ਹਾਈ ਚੁੱਕੇ ਨੇ, ਜਿਹੜੀ ਜਮ੍ਹਾਂ ਪੂੰਜੀ ਆਈ ਉਹ ਖਰਚੀ ਕਰ ਚੁੱਕੇ ਨੇ, ਲੇਕਿਨ ਉਹਦੇ ਕੰਨਾਂ ਰੋਜ਼ਗਾਰ ਨਹੀਂ। ਤੁਸੀਂ ਯੁਵਾ ਰਾਜਪੂਤ ਦੇ ਸਦੱਸ ਹੋ, ਤਾਂ ਕਿਵੇਂ ਲੜਾਈ ਖਤਮ ਹੋ ਗਏ? ਦੇਖੋ ਲੜਾਈ ਖਤਮ ਇੰਨੀ ਹੋ ਗਏ, ਪਹਿਲੇ ਤਾਂ ਸਾਡੀ ਜਿਹੜੀ ਸਟੇਟਹੁੱਡ ਸਾਨੂੰ ਵਾਪਸ ਦਿੱਤੀ ਆ, ਦੂਜਾ ਨੰਬਰ ਸਾਡਾ ਇੱਕ ਲੋਕਲ ਐਡਵਾਈਜ਼ਰ ਲਾਏ ਜਾ ਜਿਹੜਾ ਸਾਡਾ ਡੋਗਰਿਆਂ ਦੀ ਆਵਾਜ਼ ਸੁਣੇ, ਔਰ ਡੋਗਰਿਆਂ ਦੀ ਪਛਾਣ ਕਰੇ, ਡੋਗਰਿਆਂ ਦੀ ਮਜ਼ਬੂਰੀ ਜਿਹੜੀ ਸਮਝੀ ਸਕੇ, ਉਹਦੇ ਬਾਅਦ ਸਾਡੀ ਜਿਹੜੀ ਜਲਦ ਕੋਲੋਂ ਜਲਦ ਇਲੈਕਸ਼ਨ ਕਰਾਈ ਸਕੇ ਸਟੇਟਹੁੱਡ ਬਣਾਉਣ ਦੇ ਬਾਅਦ, ਅਤੇ ਜਿਹੜੀ ਜਿਹੜੀ ਸਰਕਾਰ ਹੈ ਉਹ ਸਾਡੇ ਆਪਣੇ ਨੁਮਾਇੰਦੇ ਸਾਡੇ ਉਹਦੇ ਚੁਣੀਆਂ ਹੋਣ, ਅਤੇ ਉਹਦੇ ਸਾਡੀਆਂ ਆਵਾਜ਼ਾਂ ਜਿਹੜੀਆਂ ਨੁਮਾਇੰਦ ਕੇ ਅੱਗੇ ਸਾਡੀਆਂ ਪੇਸ਼ ਕਰਨ ਦਿੱਲੀ ਸੈਂਟਰ ਸਰਕਾਰ ਕਰੇ। ਦੇਖੋ ਮੈਂ ਤਾਂ ਸਿਰਫ ਸਿੰਪਲ ਇੱਕ ਭਾਸ਼ਾ ਹੀ ਆਖਣਾ ਚਾਹੁੰਦਾ ਕਿ ਖਾਸ ਕਰ ਜਿਹੜੀ ਰੂਲਿੰਗ ਪਾਰਟੀ ਆਪਣੇ ਆਪ ਦੀ ਆਖਦੀ ਹੈ, ਹਾਲੀ ਸੰਭਲੀ ਆਓ, ਇਲੈਕਸ਼ਨਾਂ ਕੋਲ ਲੋਕਾਂ ਨਹੀਂ ਦੁਖੀ ਕਰੋ, ਤੁਸੀਂ ਲੋਕਾਂ ਹੀ ਵਾਅਦਾ ਕੀਤਾ, ਪ੍ਰਾਈਮ ਮਿਨਿਸਟਰ ਨੇ ਵਾਅਦਾ ਕੀਤਾ ਕਿ ਮੈਂ ਜਲਦੀ ਸਟੇਟਹੁੱਡ ਵਾਪਸ ਦੇਗਾ, ਅੱਜ ਉਹ ਜੰਮੂ ਦੇ ਲੋਕਾਂ ਨਾਲ ਧੋਖਾ ਹੋਈ ਆ। ਮੈਂ ਤਾਂ ਇਹ ਲੱਗਣਾ ਨੌਕਰੀਆਂ 'ਚ ਇਹਨੇ ਦੇਖਿਆ ਤੁਸੀਂ PSC ਨੌਕਰੀਆਂ ਲੱਗਦੀਆਂ, 191-93 ਪੋਸਟਾਂ, ਹਾਂ
ਤੇਤੀ ਚੌਤੀ ਹਿੰਦੂਆਂ ਵਾਸਤੇ, ਬਾਕੀ ਸਾਰੀਆਂ ਉਹਦੇ ਵਾਸਤੇ, ਠੀਕ ਹੈ। ਇੱਧਰ ਨਹੀਂ ਇੰਨੇ ਵੈਸੇ ਲੋਕਾਂ ਨੂੰ ਉਜਾੜੀ ਰੱਖਣਾ, ਬਸਾਉਣ ਦਾ ਕੰਮ ਨਹੀਂ ਕਰਾ ਦੇ। ਮੈਂ ਆਖਾਂ ਤੁਸੀਂ ਕਰਾ ਦੇ, ਕਿਉਂ ਵੀ ਇਹ ਸਮਝ ਨਹੀਂ ਆਵਾ ਦੀ ਲੋਕਾਂ ਕੋਲ ਜਾਣਾ, ਜਾਣੇ ਜੋਗੇ ਬਣੋ ਤਾਂ ਲੋਕਾਂ ਦੀ ਆਵਾਜ਼ ਸੁਣੋ, ਲੋਕ ਜੋ ਆਖਦੇ ਹੁੰਦੇ ਸੁਣੋ। ਜਦੋਂ ਤੱਕ ਮੈਂ ਤਾਂ ਆਖਣਾ, ਜਦੋਂ ਤੱਕ ਚੁਣੀ ਸਰਕਾਰ ਨਹੀਂ ਆ, ਨੁਮਾਇੰਦੇ ਸਾਡੇ ਆਪਣੇ ਨਹੀਂ ਆਉਂਗੇ, ਨਹੀਂ ਕੋਈ ਸੁਣਨ ਵਾਲਾ ਨਹੀਂ ਹੈ। ਇਹ ਅਨੇਰ ਗੱਦੀ ਪਈ ਦੀ ਹੈ, ਜਾਂ ਤਾਂ ਫਿਰ ਜਾਂ ਯੂਪੀ ਦੇ ਜਿੰਨੇ ਚਿਰ ਯੂਪੀ ਦੇ MLA ਕਾਰਪੋਰੇਟਰ ਨਾ ਬਣਗਣ, ਇੰਨੇ ਚਿਰ ਇਹਨਾਂ ਦੀ ਵੀ ਕੁਰਸੀ ਨਹੀਂ ਲੀਡਰਾਂ ਦੀ, ਲੀਡਰਾਂ ਦੀ ਕੁਰਸੀਆਂ ਲੱਗਣ, ਫਿਰ ਇਹਨੇ ਅਕਲ ਆਉਣੀ ਹੈ। ਮੈਂ ਇੰਜਣ ਨਹੀਂ ਆ ਸਕਦੀ। ਮੈਂ ਜੰਮੂ ਦੇ ਲੋਕਾਂ ਅਪੀਲ ਕਰਨਾ ਚਾਹੁੰਦਾ ਕਿ ਆਪਣੀ ਲੜਾਈ ਆਪੇ ਲੜਨਾ ਸਿੱਖੋ, ਇਹਦੇ ਸਹਾਰੇ ਨਹੀਂ ਰਹੋ।